ਬਲ ਸਾਹਿਬ ਅੱਜ ਤੁਸੀਂ SIT ਸਾਹਮਣੇ ਪੇਸ਼ ਹੋਣਾ ਸੀਗਾ, ਅੱਜ ਤੁਸੀਂ ਉੱਥੇ ਹੋ ਨਹੀਂ ਸਕੇ। ਮੈਨੂੰ ਇਹਨਾਂ ਨੇ ਰਾਤ ਕੰਟੈਕਟ ਕੀਤਾ ਸੀ, ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਤੁਸੀਂ ਪਹਿਲੇ ਮੇਰੇ ਕੋਲ ਕੋਈ ਮੈਸੇਜ ਸੀ ਤਾਂ ਇਸ ਪਹਿਲੇ ਕੋਈ ਨਹੀਂ ਸੀ। ਮੈਨੂੰ ਰਾਤ ਕੰਟੈਕਟ ਕੀਤਾ ਸੀ, ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਰਾਤ ਕੀਤਾ, ਅੱਜ ਮੇਰੀ ਹਾਈ ਇੱਥੇ ਜੀਰੇ ਕੋਰਟ 'ਚ ਤਰੀਕ ਹੈ ਅਤੇ ਜਿਹੜਾ ਹੈਗਾ ਇੱਥੇ ਵੀ ਆਉਣਾ ਸੀ। ਮੈਂ ਕਿਹਾ ਅਗਲੀ ਡੇਟ ਕੋਈ ਦਿਓ। ਮੈਨੂੰ ਭੱਜਣ ਦੀ ਲੋੜ ਹੀ ਨਹੀਂ, ਜਦੋਂ ਮੈਂ ਕਿਹਾ ਮੈਂ ਅਸੀਂ ਭੱਜਣ ਦੇ ਕਿਹਾ, ਨਾ ਮੈਨੂੰ ਡਰ ਹੈ ਨਾ ਮੈਂ ਭੱਜਾਂ, ਭੱਜਣਗੇ ਤੇ ਆ ਜਿਹਨਾਂ ਨੇ ਝੂਠ ਦੀ ਕਹਾਣੀ ਬਣਾਈ ਹੈ ਸਾਰੇ। ਦੇਖੋ ਕੁੰਵਰ ਵਿਜੇ ਪ੍ਰਤਾਪ ਇੱਕ ਮੈਂਟਲ ਬੰਦਾ, ਉਹਦੇ ਉਹਦੀ ਗੱਲ 'ਤੇ ਮੈਂ ਜਵਾਬ ਨਹੀਂ ਦਿੰਦਾ। ਬਲ ਸਾਹਿਬ ਅੱਜ ਤੁਸੀਂ SIT ਸਾਹਮਣੇ ਪੇਸ਼ ਹੋਣਾ ਸੀਗਾ, ਅੱਜ ਤੁਸੀਂ ਉੱਥੇ ਹੋ ਨਹੀਂ ਸਕੇ। ਮੈਨੂੰ ਇਹਨਾਂ ਨੇ ਰਾਤ ਕੰਟੈਕਟ ਕੀਤਾ ਸੀ, ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਤੁਸੀਂ ਪਹਿਲੇ ਮੇਰੇ ਕੋਲ ਕੋਈ ਮੈਸੇਜ ਸੀ ਤਾਂ ਇਸ ਪਹਿਲੇ ਕੋਈ ਨਹੀਂ ਸੀ। ਮੈਨੂੰ ਰਾਤ ਕੰਟੈਕਟ ਕੀਤਾ ਸੀ, ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਰਾਤ ਕੀਤਾ, ਅੱਜ ਮੇਰੀ ਹਾਈ ਇੱਥੇ ਜੀਰੇ ਕੋਰਟ 'ਚ ਤਰੀਕ ਹੈ ਅਤੇ ਜਿਹੜਾ ਹੈਗਾ ਇੱਥੇ ਵੀ ਆਉਣਾ ਸੀ। ਮੈਂ ਕਿਹਾ ਅਗਲੀ ਡੇਟ ਕੋਈ ਦਿਓ। ਆਮ ਆਦਮੀ ਪਾਰਟੀ ਕਹਿ ਰਹੀ ਹੈਗੀ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਚੀਜ਼ ਤੋਂ ਭੱਜ ਰਹੇ ਹੈਗੇ। ਮੈਨੂੰ ਭੱਜਣ ਦੀ ਲੋੜ ਹੀ ਨਹੀਂ, ਜਦੋਂ ਮੈਂ ਕਿਹਾ ਮੈਂ ਅਸੀਂ ਭੱਜਣ ਦੇ ਕਿਹਾ, ਨਾ ਮੈਨੂੰ ਡਰ ਹੈ ਨਾ ਮੈਂ ਭੱਜਾਂ, ਭੱਜਣਗੇ ਤੇ ਆ ਜਿਹਨਾਂ ਨੇ ਝੂਠ ਦੀ ਕਹਾਣੀ ਬਣਾਈ ਹੈ ਸਾਰੇ। ਦੇਖੋ ਕੁੰਵਰ ਵਿਜੇ ਪ੍ਰਤਾਪ ਇੱਕ ਮੈਂਟਲ ਬੰਦਾ, ਉਹਦੇ ਉਹਦੀ ਗੱਲ 'ਤੇ ਮੈਂ ਜਵਾਬ ਨਹੀਂ ਦਿੰਦਾ। ਬਲ ਸਾਹਿਬ ਅੱਜ ਤੁਸੀਂ SIT ਸਾਹਮਣੇ ਪੇਸ਼ ਹੋਣਾ ਸੀਗਾ, ਅੱਜ ਤੁਸੀਂ ਉੱਥੇ ਹੋ ਨਹੀਂ ਸਕੇ। ਮੈਨੂੰ ਇਹਨਾਂ ਨੇ ਰਾਤ ਕੰਟੈਕਟ ਕੀਤਾ ਸੀ, ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਤੁਸੀਂ ਪਹਿਲੇ ਮੇਰੇ ਕੋਲ ਕੋਈ ਮੈਸੇਜ ਸੀ ਤਾਂ ਇਸ ਪਹਿਲੇ ਕੋਈ ਨਹੀਂ ਸੀ। ਮੈਨੂੰ ਰਾਤ ਕੰਟੈਕਟ ਕੀਤਾ ਸੀ, ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਰਾਤ ਕੀਤਾ, ਅੱਜ ਮੇਰੀ ਹਾਈ ਇੱਥੇ ਜੀਰੇ ਕੋਰਟ 'ਚ ਤਰੀਕ ਹੈ ਅਤੇ ਜਿਹੜਾ ਹੈਗਾ ਇੱਥੇ ਵੀ ਆਉਣਾ ਸੀ। ਮੈਂ ਕਿਹਾ ਅਗਲੀ ਡੇਟ ਕੋਈ ਦਿਓ। ਆਮ ਆਦਮੀ ਪਾਰਟੀ ਕਹਿ ਰਹੀ ਹੈਗੀ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਚੀਜ਼ ਤੋਂ ਭੱਜ ਰਹੇ ਹੈਗੇ। ਮੈਨੂੰ ਭੱਜਣ ਦੀ ਲੋੜ ਹੀ ਨਹੀਂ, ਜਦੋਂ ਮੈਂ ਕਿਹਾ ਮੈਂ ਅਸੀਂ ਭੱਜਣ ਦੇ ਕਿਹਾ, ਨਾ ਮੈਨੂੰ ਡਰ ਹੈ ਨਾ ਮੈਂ ਭੱਜਾਂ, ਭੱਜਣਗੇ ਤੇ ਆ ਜਿਹਨਾਂ ਨੇ ਝੂਠ ਦੀ ਕਹਾਣੀ ਬਣਾਈ ਹੈ ਸਾਰੇ। ਦੇਖੋ ਕੁੰਵਰ ਵਿਜੇ ਪ੍ਰਤਾਪ ਇੱਕ ਮੈਂਟਲ ਬੰਦਾ, ਉਹਦੇ ਉਹਦੀ ਗੱਲ 'ਤੇ ਮੈਂ ਜਵਾਬ ਨਹੀਂ ਦਿੰਦਾ। ਬਲ ਸਾਹਿਬ ਅੱਜ ਤੁਸੀਂ SIT ਸਾਹਮਣੇ ਪੇਸ਼ ਹੋਣਾ ਸੀਗਾ, ਅੱਜ ਤੁਸੀਂ ਉੱਥੇ ਹੋ ਨਹੀਂ ਸਕੇ। ਮੈਨੂੰ ਇਹਨਾਂ ਨੇ ਰਾਤ ਕੰਟੈਕਟ ਕੀਤਾ ਸੀ, ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਤੁਸੀਂ ਪਹਿਲੇ ਮੇਰੇ ਕੋਲ ਕੋਈ ਮੈਸੇਜ ਸੀ ਤਾਂ ਇਸ ਪਹਿਲੇ ਕੋਈ ਨਹੀਂ ਸੀ। ਮੈਨੂੰ ਰਾਤ ਕੰਟੈਕਟ ਕੀਤਾ ਸੀ, ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਰਾਤ ਕੀਤਾ, ਅੱਜ ਮੇਰੀ ਹਾਈ ਇੱਥੇ ਜੀਰੇ ਕੋਰਟ 'ਚ ਤਰੀਕ ਹੈ ਅਤੇ ਜਿਹੜਾ ਹੈਗਾ ਇੱਥੇ ਵੀ ਆਉਣਾ ਸੀ। ਮੈਂ ਕਿਹਾ ਅਗਲੀ ਡੇਟ ਕੋਈ ਦਿਓ। ਆਮ ਆਦਮੀ ਪਾਰਟੀ ਕਹਿ ਰਹੀ ਹੈਗੀ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਚੀਜ਼ ਤੋਂ ਭੱਜ ਰਹੇ ਹੈਗੇ। ਮੈਨੂੰ ਭੱਜਣ ਦੀ ਲੋੜ ਹੀ ਨਹੀਂ, ਜਦੋਂ ਮੈਂ ਕਿਹਾ ਮੈਂ ਅਸੀਂ ਭੱਜਣ ਦੇ ਕਿਹਾ, ਨਾ ਮੈਨੂੰ ਡਰ ਹੈ ਨਾ ਮੈਂ ਭੱਜਾਂ, ਭੱਜਣਗੇ ਤੇ ਆ ਜਿਹਨਾਂ ਨੇ ਝੂਠ ਦੀ ਕਹਾਣੀ ਬਣਾਈ ਹੈ ਸਾਰੇ। ਦੇਖੋ ਕੁੰਵਰ ਵਿਜੇ ਪ੍ਰਤਾਪ ਇੱਕ ਮੈਂਟਲ ਬੰਦਾ, ਉਹਦੇ ਉਹਦੀ ਗੱਲ 'ਤੇ ਮੈਂ ਜਵਾਬ ਨਹੀਂ ਦਿੰਦਾ।